सियासत व्यापार खेडां ते फिल्म जगत दे नाल देश दुनिया दी हर वड्डी खबर दे लई हुणे डाउनलोड करो देश दी नंबर वन न्यूज़ ऐप दैनिक सवेरा टाइम्स। ਸਾਨੂੰ ਨਹੀਂ ਪਤਾ ਕਿ ਜੱਗੂ ਦਾ ਰਸਤੇ ਨਾਲ ਘੱਲਿਆ ਕਿ ਨਹੀਂ ਘੱਲਿਆ। ਇਹ ਜਾਣ ਬੱਝ ਕੇ ਕਰ ਰਹੇ ਮੇਰੇ ਵੀਰ ਦੀਆਂ ਸਾਰੀਆਂ ਰਿਪੋਰਟਾਂ ਅਤੇ ਉਹਨਾਂ ਦੀਆਂ ਵੀ ਦੁਬਾਰਾ 45 ਰਿਪੋਰਟਾਂ ਜਿਹੜੀਆਂ ਦੁਬਾਰਾ ਹੋਣ। ਸਾਨੂੰ ਗੌਰਮੈਂਟ ਕੋਈ ਯਕੀਨ ਹੀ ਨਹੀਂ ਰਿਹਾ, ਯਕੀਨ ਹੀ ਨਹੀਂ ਰਿਹਾ ਗਿਆ ਸਾਨੂੰ ਇਹਨਾਂ 'ਤੇ। ਤੀਸਰੀ ਰਿਪੋਰਟ ਵੀ ਨੈਗੇਟਿਵ ਆ। ਆਹੋ, ਇਹ ਝੂਠ ਮਾਰਦੇ ਆ, ਸਾਨੂੰ ਇਹਨਾਂ 'ਤੇ ਕੋਈ ਵਿਸ਼ਵਾਸ ਨਹੀਂ ਹੈ। ਸਵਾਲਾਂ 'ਚ ਪੰਜਾਬ ਦੀ ਕਰੋਨਾ ਟੈਸਟਿੰਗ, ਗੈਂਗਸਟਰ ਜੱਗੂ ਦੀ ਰਿਪੋਰਟ ਤੇ ਪਰਿਵਾਰ ਨੂੰ ਹੈ ਸ਼ੱਕ, ਕਿਵੇਂ ਇੱਕ ਰਿਪੋਰਟ ਪੋਜ਼ਿਟਿਵ ਅਤੇ ਦੂਜੀ ਆ ਸਕਦੀ ਹੈ ਨੈਗੇਟਿਵ। ਪੰਜਾਬ 'ਚ ਏ ਕੈਟੇਗਰੀ ਦਾ ਗੈਂਗਸਟਰ ਜੱਗੂ ਭਗਵਾਨਪੁਰੀਆ, ਜਿਸ ਦੇ ਕਰੋਨਾ ਟੈਸਟ ਦੇ ਉੱਤੇ ਉਸਦੇ ਪਰਿਵਾਰ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ। ਦਰਅਸਲ ਬਟਾਲਾ ਲਿਆਂਦੇ ਗਏ ਜੱਗੂ ਦਾ 2 ਮਈ ਨੂੰ ਪਹਿਲਾ ਟੈਸਟ ਇੱਕ ਪ੍ਰਾਈਵੇਟ ਲੈਬ ਤੋਂ ਕਰਵਾਇਆ ਗਿਆ, ਜਿਸਦੀ 5 ਮਈ ਨੂੰ ਆਈ ਰਿਪੋਰਟ ਦੇ ਵਿੱਚ ਉਸਨੂੰ ਕਰੋਨਾ ਪੋਜ਼ਿਟਿਵ ਦੱਸਿਆ ਗਿਆ। ਰਿਪੋਰਟ ਆਉਂਦੇ ਹੀ ਜੱਗੂ ਦੇ ਪਰਿਵਾਰ ਨੇ ਇਸ ਤੇ ਖਦਸ਼ਾ ਜਤਾਇਆ, ਤਾਂ ਜੱਗੂ ਦੇ 5 ਮਈ ਨੂੰ ਦੁਬਾਰਾ ਸੈਂਪਲ ਲਏ ਗਏ, ਜਿਸਦੀ ਰਿਪੋਰਟ ਅੰਮ੍ਰਿਤਸਰ ਦੀ ਇੱਕ ਨਿੱਜੀ ਲੈਬ ਤੋਂ 6 ਮਈ ਨੂੰ ਨੈਗੇਟਿਵ ਆਉਂਦੀ ਹੈ। ਇਸੇ ਟੈਸਟ ਨੂੰ ਹੋਰ ਪੁਖਤਾ ਕਰਨ ਲਈ ਮੁੜ ਜੱਗੂ ਦੇ ਸੈਂਪਲ ਲਏ ਗਏ ਤੇ ਅੱਜ 7 ਮਈ ਨੂੰ ਤੀਜੀ ਰਿਪੋਰਟ ਵੀ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਤੋਂ ਨੈਗੇਟਿਵ ਆਈ ਹੈ, ਜਿਸਦੇ ਬਾਅਦ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਦਾਖਲ ਜੱਗੂ ਨੂੰ ਮਿਲਣ ਪਹੁੰਚੇ ਉਸਦੇ ਪਰਿਵਾਰ ਨੇ ਪੰਜਾਬ ਸਰਕਾਰ ਦੀ ਟੈਸਟਿੰਗ ਤੇ ਹੀ ਸਵਾਲ ਚੁੱਕੇ ਨੇ। ਆਪਣੀ ਕੋਈ ਵੀ ਗੱਲ ਨਹੀਂ, ਵੀਰ ਰਿਮਾਂਡ 'ਤੇ ਆਇਆ ਸੀ ਅਤੇ ਇਹਨਾਂ ਮਤਲਬ 4 ਦਿਨ ਰੱਖਿਆ ਰਿਮਾਂਡ 'ਤੇ ਜੀ, ਅਤੇ 5ਵੇਂ ਦਿਨ ਇਹਦਾ ਰਿਮਾਂਡ ਖਤਮ ਹੋਣਾ ਸੀ ਅਤੇ ਨੰਦੇੜ ਸਾਹਿਬ ਤੋਂ ਸੰਗਤ ਆਈ ਸੀ, ਉੱਥੇ ਇਹਨਾਂ ਦੇ ਟੈਸਟ ਚੱਲਣ ਡੇ ਸੀ। ਸਾਨੂੰ ਨਹੀਂ ਪਤਾ ਵੀ ਜੱਗੂ ਦਾ ਟੈਸਟ ਇਹਨਾਂ ਘੱਲਿਆ ਕਿ ਨਹੀਂ ਘੱਲਿਆ, ਅਤੇ ਜੇ ਉਹਨਾਂ ਦੇ ਵੀ ਟੈਸਟ ਬਿਲਕੁਲ ਸਹੀ ਆ, ਕਿਸੇ ਨੂੰ ਕਰੋਨਾ ਨਹੀਂ ਗੀ, ਜਾਣ ਬੱਝ ਕੇ ਕਰ ਰਹੇ ਮੇਰੇ ਵੀਰ ਦੀਆਂ ਸਾਰੀਆਂ ਰਿਪੋਰਟਾਂ, ਅਤੇ ਉਹਨਾਂ ਦੀਆਂ ਵੀ ਦੁਬਾਰਾ 45 ਰਿਪੋਰਟਾਂ ਜਿਹੜੀਆਂ ਦੁਬਾਰਾ ਹੋਣ, ਜਿਹੜੇ ਨੰਦੇੜ ਸਾਹਿਬ ਤੋਂ ਸੰਗਤ ਦੇ ਨਾਲ ਮੇਰੇ ਵੀਰ ਦੀ ਰਿਪੋਰਟ ਕਰਵਾਈ ਗਈ ਹੈ ਨਾ, 45 ਜੀਆਂ ਦੀਆਂ ਦੁਬਾਰਾ ਹੋਣ, ਕਿਉਂਕਿ ਉਹਨਾਂ ਨੂੰ ਵੀ ਨਹੀਂ ਗਾ ਕਰੋਨਾ। ਸਾਨੂੰ ਗੌਰਮੈਂਟ 'ਤੇ ਕੋਈ ਯਕੀਨ ਹੀ ਨਹੀਂ ਰਿਹਾ, ਯਕੀਨ ਹੀ ਨਹੀਂ ਰਿਹਾ ਗਿਆ ਸਾਨੂੰ ਇਹਨਾਂ 'ਤੇ। ਤੀਸਰੀ ਰਿਪੋਰਟ ਵੀ ਨੈਗੇਟਿਵ ਆ। ਆਹੋ, ਇਹ ਝੂਠ ਮਾਰਦੇ ਆ, ਸਾਨੂੰ ਇਹਨਾਂ 'ਤੇ ਕੋਈ ਵਿਸ਼ਵਾਸ ਨਹੀਂ ਗਾ। ਸਾਡਾ ਬੱਚਾ 4 ਵਜੇ ਦਾ ਟਾਈਮ ਦਿੱਤਾ, 4 ਵਜੇ ਸਾਡੇ ਬੱਚੇ ਦੀ ਰਿਪੋਰਟ, ਸਾਨੂੰ ਸਾਡੇ ਪ੍ਰਾਣਾ ਮਿਲਾਵੇ। ਹੋਰ ਸਾਨੂੰ ਹੋਰ ਵੀ 2 ਰਿਪੋਰਟਾਂ ਜਿਹੜੀਆਂ ਇਹਨਾਂ ਨੇ, 2 ਰਿਪੋਰਟਾਂ ਹੋਰ ਆਈਆਂ ਵਾ, ਉਹ ਵੀ ਬਿਲਕੁਲ ਠੀਕ ਆ, ਤੀਜੀ ਵੀ ਆ ਰਹੀ ਆ, ਉਹ ਵੀ ਠੀਕ ਆ ਰਹੀ ਆ, ਉਹ ਵੀ ਨੈਗੇਟਿਵ। ਜੱਗੂ ਦੇ ਪਰਿਵਾਰ ਤੋਂ ਪਹਿਲਾਂ ਵੀ ਕੁਝ ਅਜਿਹੇ ਹੀ ਇਲਜ਼ਾਮ ਹੋਰ ਲੋਕਾਂ ਦੇ ਵੱਲੋਂ ਵੀ ਲਗਾਏ ਗਏ ਨੇ। ਇਸੇ ਤਰ੍ਹਾਂ ਦੀ ਇੱਕ ਵੀਡੀਓ ਤੁਹਾਨੂੰ ਇਹ ਵੀ ਵਿਖਾ ਰਹੇ ਹਾਂ ਜੋ ਵਾਇਰਲ ਹੋਈ, ਜਿਸ ਤੇ ਇੱਕ ਸ਼ਖਸ ਬਜ਼ੁਰਗ ਦੀ ਕਰੋਨਾ ਰਿਪੋਰਟ ਤੇ ਖਦਸ਼ਾ ਜਤਾ ਰਿਹਾ ਹੈ। ਤੇ ਆ ਜੋ ਤੁਸੀਂ ਬਾਪੂ ਜੀ ਦੇ ਦਰਸ਼ਨ ਕਰ ਰਹੇ ਹੋ ਨਾ, ਇਹਨਾਂ ਨੂੰ ਪਹਿਲਾਂ ਵਾਲੀ ਰਿਪੋਰਟ ਦੇ ਵਿੱਚ ਆ ਦੇਖ ਦਿਖਾ ਸਕਦੇ ਹਾਂ ਅਸੀਂ ਤੁਹਾਨੂੰ। ਕੀ ਨਾਂ ਇਹਨਾਂ ਦਾ? ਕਸ਼ਮੀਰ ਸਿੰਘ ਪੁੱਤਰ ਹਰਦੀਪ ਸਿੰਘ ਪਿੰਡ ਤਖਤੂਵਾਲਾ। ਕਸ਼ਮੀਰ ਸਿੰਘ ਪੁੱਤਰ ਹਰਦੀਪ ਸਿੰਘ ਪਿੰਡ ਤਖਤੂਵਾਲਾ, ਇਹਨਾਂ ਨੂੰ ਪਹਿਲਾਂ ਪੋਜ਼ਿਟਿਵ ਕੀਤਾ ਗਿਆ ਸੀਗਾ। ਸੋ ਪਹਿਲਾਂ ਪੋਜ਼ਿਟਿਵ ਕੀਤਾ ਗਿਆ, ਆ ਤੁਸੀਂ ਹੁਣ ਦੇਖ ਰਹੇ ਹੋ ਫਿਰ ਬਾਪੂ ਨੂੰ, ਇਹਨਾਂ ਨੂੰ ਫਿਰ ਨੈਗੇਟਿਵ ਕਰਾਰ ਦਿੱਤਾ ਗਿਆ, ਔਰ ਉਸ ਤੋਂ ਬਾਅਦ ਅੱਜ ਫਿਰ ਅੱਜ ਵਾਲੀਆਂ ਰਿਪੋਰਟਾਂ ਦੇ ਵਿੱਚ ਫਿਰ ਇਹਨੂੰ ਪੋਜ਼ਿਟਿਵ ਕਰ ਦਿੱਤਾ, ਫਿਰ ਇਹਨੂੰ ਇਸ ਬਾਪੂ ਨੂੰ ਫਿਰ ਪੋਜ਼ਿਟਿਵ ਕਰ ਦਿੱਤਾ। ਮੈਨੂੰ ਸਰਕਾਰ ਦੀ ਸਮਝ ਲੱਗ ਰਹੀ ਹੈ, ਕੀਤੀ ਹੋਈ ਆ। ਜ਼ਿਕਰਯੋਗ ਹੈ ਕਿ ਕੋਰੋਨਾ ਨੂੰ ਕੰਟਰੋਲ ਕਰਨ ਲਈ ਪੰਜਾਬ 'ਚ ਲਗਾਤਾਰ ਸਰਕਾਰ ਦੇ ਵੱਲੋਂ ਟੈਸਟਿੰਗ ਵਧਾਈ ਜਾ ਰਹੀ ਹੈ, ਤੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ HOD ਵੀ ਮੰਨਦੇ ਨੇ ਕਿ ਜਲਦਬਾਜ਼ੀ 'ਚ ਕੋਰੋਨਾ ਰਿਪੋਰਟਸ ਦੀ ਡਿਟੇਲਸ ਤੇ ਧਿਆਨ ਦੇਣ ਦਾ ਸਮਾਂ ਸਿਹਤ ਕਰਮੀਆਂ ਦੇ ਕੋਲ ਵੀ ਨਹੀਂ ਹੁੰਦਾ, ਇਸ ਲਈ ਕਈ ਵਾਰ ਪਹਿਲੀ ਰਿਪੋਰਟ ਦੇ ਵਿੱਚ ਸਾਰਥਕ ਨਤੀਜੇ ਨਹੀਂ ਮਿਲਦੇ ਤਾਂ ਦੁਬਾਰਾ ਸੈਂਪਲ ਦੀ ਜਾਂਚ ਕਰਾਉਣੀ ਪੈਂਦੀ ਹੈ। ਰਿਜ਼ਲਟ ਹਮੇਸ਼ਾ ਪੋਜ਼ਿਟਿਵ, ਜੇ ਉਹ ਨਹੀਂ ਆਉਂਦੀ, ਉਹਦੀ ਨਹੀਂ ਬਣੀ, ਤਾਂ ਅਸੀਂ ਕਹਿੰਦੇ ਕਿ ਇਹ ਨੈਗੇਟਿਵ ਹੈਗਾ। ਕਈ ਵਾਰੀ ਜੇ ਸੈਂਪਲ ਠੀਕ ਤਰ੍ਹਾਂ ਨਹੀਂ ਲਏ ਗਏ ਹੁੰਦੇ ਤਾਂ ਉਹ ਫਿਰ ਅਸੀਂ ਸੈਂਪਲ ਰਿਪੀਟ ਕਰਾਉਂਦੇ। ਕਈ ਵਾਰ ਇਹੀ ਹੁੰਦਾ ਕਿ ਵੀ ਜਦੋਂ ਕਰੋਨਾ ਦੀ ਰਿਪੋਰਟ ਆਉਂਦੀ ਹੈ, ਨੈਗੇਟਿਵ ਪੋਜ਼ਿਟਿਵ ਹੁੰਦੀ ਹੈ, ਕੋਈ ਪਰਸੈਂਟੇਜ ਹੁੰਦੀ ਵੀ ਕਿੰਨੇ ਪਰਸੈਂਟੇਜ ਹੈ ਇਸਨੂੰ ਕਰੋਨਾ, ਜਾਂ ਫਿਰ ਸਿਰਫ ਨੈਗੇਟਿਵ ਪੋਜ਼ਿਟਿਵ ਹੁੰਦੀ ਹੈ? ਨਹੀਂ, ਅਸੀਂ ਹੁਣ ਜਿੰਨਾ ਕਰ ਰਹੇ ਹਾਂ ਉਹਦੇ ਵਿੱਚ ਅਸੀਂ ਨੈਗੇਟਿਵ ਪੋਜ਼ਿਟਿਵ ਹੀ ਦਿੰਦੇ ਹੈਗੇ, ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ। ਅਦਰਵਾਈਜ਼ ਤਾਂ ਕੀਤਾ ਜਾ ਸਕਦਾ ਕਿ ਵਾਇਰਲ ਲੋਡ ਦੇਖ ਲਿਆ ਜਾਵੇ ਤਾਂ ਇਹ ਹੋ ਜਾਏ, ਪਰ ਅਜੇ ਤੱਕ ਅਸੀਂ ਇਹੀ ਕਰਦੇ ਹੈਗੇ ਕਿ ਜਿਹੜੀ ਟਾਈਮ ਦੀ ਡਿਮਾਂਡ ਹੈਗੀ ਆ ਕਿ ਇਹ ਦੱਸਿਆ ਜਾਏ ਕਿ ਪੋਜ਼ਿਟਿਵ ਆ ਜਾਂ ਨੈਗੇਟਿਵ ਆ, ਉਨਾ ਹੀ ਕਰਦੇ ਹਾਂ। ਅਦਰਵਾਈਜ਼ ਕੁਆਂਟੀਫਾਈ ਹੋ ਸਕਦਾ ਹੈਗਾ, ਟੇਕਸ ਲੋਟ ਆਫ ਟਾਈਮ, ਲੋਟਸ ਆਫ ਐਫਰਟ, ਕਿ ਬਈ ਇਹ ਅਲਟੀਮੇਟਲੀ ਕਹਿਣਾ ਕਿ ਬਈ ਇਹ ਇਨਵੈਲਿਡ ਹੈਗਾ, ਹੁਣ ਇਹਨਾਂ ਨੂੰ ਰਿਪੀਟ ਕਰੋ।
ਇੱਥੇ ਦੱਸ ਦਈਏ ਕਿ ਜੱਗੂ ਤੋਂ ਪਹਿਲਾਂ ਜਦੋਂ ਹਜ਼ੂਰ ਸਾਹਿਬ ਤੋਂ ਪ੍ਰਤੀ ਸੰਗਤ ਦੇ ਵਿੱਚ ਵੱਡੀ ਗਿਣਤੀ 'ਚ ਕੋਰੋਨਾ ਪੋਜ਼ਿਟਿਵ ਮਰੀਜ਼ ਨਿਕਲੇ ਤਾਂ ਅਕਾਲ ਤਖਤ ਦੇ ਜਥੇਦਾਰ ਤੋਂ ਲੈ ਕਈ ਵਿਰੋਧੀਆਂ ਨੇ ਵੀ ਟੈਸਟਿੰਗ ਦੇ ਸਵਾਲ ਚੁੱਕੇ ਜਿਨ੍ਹਾਂ ਨੂੰ ਪੰਜਾਬ ਸਰਕਾਰ ਦੇ ਕਈ ਮੰਤਰੀਆਂ ਨੇ ਸਿਆਸਤ ਨਾ ਕਰਨ ਦੀ ਸਲਾਹ ਦੇ ਕੇ ਚੁੱਪ ਕਰਵਾਇਆ ਪਰ ਹੁਣ ਜੱਗੂ ਦੀ ਇਸ ਰਿਪੋਰਟ ਤੇ ਬਾਅਦ ਉਸਦੇ ਪਰਿਵਾਰ ਨੇ ਮੁੜ ਟੈਸਟਿੰਗ ਸਿਸਟਮ ਨੂੰ ਸ਼ੱਕ ਦੇ ਘੇਰੇ 'ਚ ਲਿਆ ਖੜਾ ਕੀਤਾ ਕਿਉਂਕਿ ਜੇਕਰ ਜੱਗੂ ਤੋਂ ਫੋਕਸ ਹਟਾਈਏ ਤਾਂ 5 ਮਈ ਨੂੰ ਗੁਰਦਾਸਪੁਰ ਦੇ ਵਿੱਚ ਕੁੱਲ 42 ਲੋਕਾਂ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਸੀ ਤਾਂ ਸਵਾਲ ਇਹ ਉੱਠਦਾ ਕਿ ਕੀ ਬਾਕੀ ਲੋਕਾਂ ਦੀ ਵੀ ਦੁਬਾਰਾ ਜਾਂਚ ਦੀ ਗੁੰਜਾਇਸ਼ ਹੈ ਕਿਉਂਕਿ ਜੇਕਰ ਇਕੱਲੇ ਜੱਗੂ ਦੀ ਰਿਪੋਰਟ ਬਦਲ ਸਕਦੀ ਹੈ ਤਾਂ ਬਾਕੀ ਰਿਪੋਰਟਾਂ ਦੇ ਨਾਲ ਵੀ ਅਜਿਹਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਵੀ